ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਭਾਈ ਜੀ। ਇਹ ਸੋਫੇ ਕਿਸ ਤਰ੍ਹਾਂ ਲਾਏ ਹੋਏ ਨੇ ਤੁਸੀਂ? ਸਾਰੇ ਸਿੱਧੇ ਕਰਕੇ ਲਾਏ ਨੇ ਸੋਫੇ। ਸੋਫੇ ਮੈਂ ਕਦੋਂ ਇਹਨਾਂ ਨੂੰ ਕਹਿਣ ਡਿਆ ਵੀ ਤੁਸੀਂ ਉਲਟੇ ਪਾਏ ਹੋਏ ਨੇ? ਸਾਰੇ ਕੁਆਲਿਟੀ ਵੇਖੋ, ਉਹਦੀ ਫਿਨਿਸ਼ਿੰਗ ਚੈੱਕ ਕਰੋ ਨਾ ਕਿੱਦਾਂ ਦੇ ਆ ਸੋਫੇ ਤੇ ਨਜ਼ਰ ਆਈ ਦੇ। ਤਰੇੜਾ ਨਹੀਂ ਹੈ, ਕਦਲੀ ਪਈਆਂ ਹੋਈਆਂ? ਤਰੇੜਾ ਨਹੀਂ ਭਾਈ ਨੇ, ਸੋਫਿਆਂ ਦੀਆਂ ਸਿਲਾਈਆਂ ਲੱਗੀਆਂ ਹੋਈਆਂ ਨੇ। ਅੱਛਾ, ਡਿਜ਼ਾਈਨਿੰਗ ਹੈਗੀ ਹੈ? ਡਿਜ਼ਾਈਨਿੰਗ ਹੈ। ਸਹੀ ਹੈ। ਹਾਂਜੀ, ਇਹਦੀ ਕੁਆਲਿਟੀ ਵੇਖੋ ਯਾਰ, ਥੱਲੋਂ ਵੇਖੋ ਬਿਹਤਰੀਨ ਆ, ਨਵੇਂ ਮਾਡਲ ਦਾ। ਇਹ ਤਾਂ ਭਾਵੇਂ ਭਾਈ ਨੂੰ ਬੰਦਾ ਥੱਲੇ ਕੋਈ ਨਿਆਣਾ ਵੀ ਪਾ ਸਕਦਾ ਵਾ। ਹਾਂਜੀ, ਇਹ ਕੋਈ ਬੰਦੇ ਮਾਰਨ ਵਾਲੇ ਬੰਦੇ ਜੇ ਭਾਈ ਨੂੰ। ਐ ਤੇ ਇਸ ਤਰ੍ਹਾਂ ਦਾ ਕੋਈ ਸੀਨ ਲੱਗ ਰਿਹਾ ਮੈਨੂੰ ਵੈਸੇ। ਨਹੀਂ ਨਹੀਂ ਭਾਈ ਨਾ, ਬਿਹਤਰੀਨ ਆ, ਗਰੰਟੀ ਵਾਲੇ ਸੋਫੇ ਆ, 10 ਸਾਲ ਗਰੰਟੀ ਆ। ਤੇ ਇਹ 10 ਸਾਲ ਆਪਣੀ ਵੀ ਕੋਈ ਗਰੰਟੀ ਹੈ ਕਿ ਨਹੀਂ? ਸਰ ਸਮਾਨ ਤੇ ਕਹੀ ਜਾਣ ਦੇ ਭਾਈ ਨੇ, ਇੱਥੇ ਕਿਹੜਾ ਤੁਸੀਂ ਸਾਨੂੰ ਲੈਣ ਆਏ ਜੇ, ਸੋਫਾ ਲੈਣ ਆਏ ਜੇ? ਮੈਂ ਕਿਹਾ ਚੀਜ਼ਾਂ ਗਰੰਟੀ ਵਾਲੀਆਂ ਦੇ ਰਹੇ ਹੋ ਨਾ। ਹਾਂਜੀ, ਬਿਹਤਰੀਨ ਆ, ਗਰੰਟੀ ਵਾਲੇ ਸਾਰੇ ਸੋਫੇ ਪਏ ਆ, ਢੇਰ ਲੱਗਾ ਪਿਆ, ਕਿਹੜਾ ਲੈਣਾ ਕਿਹੜਾ ਜੇ? ਕਿੰਨੇ ਚਾਹੀਦੇ ਨੇ ਭਾਈ ਜੀ? ਇਹ ਹੀ ਕੋਈ 2 ਲੈ ਲਵਾਂਗੇ, ਹੋਰ ਕਿੰਨੇ ਕੁ ਲੈ ਲੈਣੇ ਜੀ? ਭਾਈ ਤੁਸੀਂ ਤਾਂ ਐਂ ਕਹਿੰਦੇ ਭਾਈ, ਜਿੱਦਾਂ ਸ਼ੋਰੂਮ ਮੁੱਲ ਲੈਣਾ ਹੈ ਜੀ। ਉਹ ਤਾਂ ਫਿਰ ਹੁਣ ਜਦੋਂ ਬੰਦਾ ਆਉਂਦਾ ਵਾ, ਉਹ ਇਸ ਤਰ੍ਹਾਂ ਹੀ ਲੱਗਦਾ ਵੀ ਮੈਂ ਸ਼ੋਰੂਮ ਹੀ ਖਰੀਦ ਲਵਾਂ, ਲੇਕਿਨ ਗੱਲ ਤਾਂ ਫਿਰ ਜੇਬ ਤੇ ਮੁੱਕਣੀ ਹੁੰਦੀ ਹੈ ਨਾ। ਅੱਛਾ ਜੀ, ਚਲੋ ਦੇਖੋ ਭਾਈ ਨੂੰ ਪਸੰਦ ਕਰੋ ਕਿਹੜਾ ਚਾਹੀਦਾ ਇਹਨਾਂ 'ਚੋਂ। ਅੱਛਾ, ਇਹ ਭਾਈ ਨੂੰ ਕਿੰਨੇ ਕੁ ਦਾ ਹੈਗਾ ਵਾ ਇਹ ਵਾਲਾ? ਉਹ ਬਲੈਕ? ਹਾਂਜੀ, ਇਹ ਬਲੈਕ ਤੁਹਾਨੂੰ ਮਿਲੇਗਾ 28,000 ਦਾ। ਅੱਛਾ, ਗਰੰਟੀ ਦੇ ਨਾਲ ਆ ਭਾਈ ਨੂੰ, ਉੱਦਾਂ ਨਹੀਂ ਬਗੈਰ ਗਰੰਟੀ ਦੇ। ਉਹ ਗਰੰਟੀ ਆਪਾਂ ਫੋਰਮ ਕੱਢ ਲੈਣਾ, ਇਕੱਲਾ ਢਾਂਚਾ ਦੇਣਾ ਤੁਹਾਨੂੰ ਆਪਾਂ। ਅਤੇ ਉਹ ਭਾਈ ਜਿਹੜਾ ਉੱਪਰਲਾ ਪਿਆ ਹੋਇਆ ਵਾ, ਉਹ ਵੀ ਤੁਹਾਨੂੰ ਇੰਨੇ ਦਾ ਲਾ ਦਿਆਂਗੇ ਗਿਫਟ ਆ ਈਦ ਦਾ। ਅੱਛਾ ਜੀ, ਉਹਦੀ ਕੀ ਪ੍ਰਾਈਜ਼ ਹੈਗੀ ਆ? ਉਹ ਵੀ 28,000 ਦੇ। ਇਹਦੇ ਪਿੱਛੇ ਵੀ ਪਏ ਹੋਏ ਨੇ ਸਾਡੇ ਕੋਲ। ਅੱਛਾ, ਆਹ ਦੇਖੋ ਪਏ, ਕਾਫੀ ਜ਼ਿਆਦਾ ਪਏ ਹੋਏ ਨੇ। ਅਤੇ ਇਹਦੀ ਵੀ ਉਸ ਤਰ੍ਹਾਂ ਹੀ ਹੈਗੀ ਆ, ਬਿਹਤਰੀਨ ਖਾਨੇ ਬਣੇ ਹੋਏ। ਇਹ ਤਾਂ ਯਾਰ ਬਹੁਤ ਆਲਾ ਚੀਜ਼ ਬਣਾਈ ਹੋਈ ਹੈ। ਤੁਸੀਂ ਬੰਦਾ ਥੱਲੇ ਆਪਣਾ ਸਮਾਨ ਵਗੈਰਾ ਵੀ ਰੱਖ ਸਕਦਾ, ਜਿਹੜੀ ਸੇਫਟੀ ਹੋ ਜਾਣੀਆਂ, ਜਿਹੜੀਆਂ ਚੀਜ਼ਾਂ ਬੰਦੇ ਦੀਆਂ ਖਿਲਰਦੀਆਂ ਹੁੰਦੀਆਂ ਨੇ ਕਮਰੇ ਦੇ ਵਿੱਚ। ਭਾਈ ਨੇ ਕੂੜਾ ਕੂੜਾ ਵੀ ਰੱਖ ਸਕਦਾ, ਬਾਸਕਟ ਤੌਰ 'ਤੇ ਸਮਾਨ ਹੋ ਸਕਦਾ, ਆਪ ਬੰਦਾ ਨਾ ਹੋਵੇ ਕੂੜੇ ਵਰਗਾ ਤੇ। ਹਾਂਜੀ, ਇਹ ਵੀ ਗੱਲ ਠੀਕ ਹੈ। ਇੱਦਾਂ ਛਾਪਰ ਦੀ ਪੈਕਿੰਗ ਵੀ ਕਰਕੇ ਦੇਈ ਦੀ ਅਸੀਂ ਜਿਹਨੂੰ ਵੀ ਜਿਹਨੇ ਲੈਣਾ ਨਾ। ਭਾਈ ਜੀ, ਸੋਫਾ ਦੇਣਾ ਤੁਸੀਂ ਜਾਂ ਉਹਨਾਂ ਨੂੰ ਸਮੋਸੇ ਪੈਕ ਕਰਕੇ ਦੇਣੇ? ਤੁਹਾਨੂੰ ਸੋਫਾ ਦੇਵਾਂਗੇ, ਛਾਪਰ ਦੀ ਪੈਕਿੰਗ 'ਚ ਬਿਹਤਰੀਨ ਕਰਕੇ ਦੇਵਾਂਗੇ। ਸਹੀ ਹੈ, ਲੈਮੀਨੇਸ਼ਨ ਵਗੈਰਾ ਕਰਕੇ, ਹਰ ਸ਼ੈ VIP ਕਰਕੇ ਦੇਵਾਂਗੇ। ਆਹ ਜਿਹੜਾ ਕੱਪੜਾ ਚਾਈਨਾ ਤੋਂ ਜਾ ਕੇ ਆਪ ਲਿਆਂਦਾ ਮੈਂ, ਆਹ ਸੋਫਿਆਂ ਵਾਸਤੇ ਹੀ ਬਸ। ਹਾਂਜੀ ਭਾਈ ਜੀ, ਬਸ ਇਹ ਹੁਣ ਮੈਂ ਆਵਾਂਗਾ ਤਕਰੀਬਨ ਕੋਈ 20-25 ਦਿਨ ਤੱਕ, ਅਤੇ ਕਮੇਟੀ ਆਪਣੀ ਨਿਕਲ ਆਉਣੀ ਕੋਈ 1500-2000 ਦੀ, ਅਤੇ ਫਿਰ ਇਹ ਤੁਹਾਡੇ ਕੋਲੋਂ ਖਰੀਦ ਲਵਾਂਗੇ। ਕੀ ਰਿਐਕਸ਼ਨ ਘੁਮਾਉਣਾ ਆਪਾਂ ਰੋਡ 'ਤੇ ਭਾਈ ਜੀ? ਇਸ ਤਰ੍ਹਾਂ ਹੁਣ ਜਿੰਨੀ ਕੁ ਜੇਬ ਨੇ ਇਸਤਤਾਤ ਦੇਣੀ, ਉੰਨੀ ਕੀ ਗੱਲ ਹੋਣੀ ਹੈ ਨਾ। ਮਰਜ਼ੀ ਹੈ ਸਰ, ਤੁਸੀਂ ਸੋਫਾ ਕੰਬੈਡ ਦਾ ਰੇਟ ਪੁੱਛ ਲਓ, ਇੱਧਰੋਂ ਤੁਸੀਂ ਮੈਨੂੰ ਲੱਗਦਾ ਰਕਸ਼ੇ ਦਾ ਗੇੜਾ ਕਢਾਉਣਾ ਆਪਾਂ। ਚਲੋ ਭਾਈ ਨਾ, ਤੁਸੀਂ ਬਾਹਰ, ਤੁਸੀਂ ਨਹੀਂ ਲੈਣਾ ਯਾਰ। ਲੈਣਾ ਲੈਣਾ, ਤੂੰ ਤਾਂ ਧੱਕੇ ਮਾਰਨ ਲੱਗਿਆ ਯਾਰ, ਕਿਹੜਾ ਕੰਮ ਹੈਗਾ ਯਾਰ? ਸਮਝ ਆਉਂਦੀ ਤੁਸੀਂ ਤੇ ਗੱਲ ਲੋ, ਤੁਸੀਂ ਇਸ ਤਰ੍ਹਾਂ ਕਰਦੇ ਜੇ? ਨਹੀਂ ਯਾਰ, ਇਦਾਂ ਨਹੀਂ ਸਮਝ ਆਉਂਦੀ। ਗਾਹਕ ਤੇ ਅੱਲਾ ਦੀ ਰਹਿਮਤ ਹੁੰਦੀ ਜਿਹੜਾ ਮੰਨਦਾ ਵਾ ਤੁਹਾਡੇ ਕੋਲ।